ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਕਾਰਾਂ ਦੇ ਪਰਖੱਚੇ ਤੱਕ ਉੱਡ ਗਏ ਨੇ। ਤਾਂ ਦੱਸ ਦਈਏ ਕਿ ਬੇਹੱਦ ਮੰਦਭਾਗੀ ਖਬਰ ਯੂਪੀ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੁੰਦੀ ਹੈ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਤੇ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਇੱਕ ਬਾਈਕ ਸਵਾਰ ਵੀ ਇਸਦੀ ਚਪੇਟ ਦੇ ਵਿੱਚ ਆ ਗਿਆ, ਜਿਸ ਦੇ ਕਾਰਨ ਬਾਈਕ ਸਵਾਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਯੂਪੀ ਦੇ ਅਮਰੋਹਾ ਦੇ ਵਿੱਚ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ। ਹਾਲਾਂਕਿ ਕਿਹਾ ਜਾ ਰਿਹਾ ਜਦੋਂ ਇਹ ਹਾਦਸਾ ਵਾਪਰਿਆ ਤਾਂ ਕਾਰ ਦੇ ਪਰਖੱਚੇ ਉੱਡ ਗਏ ਅਤੇ ਜਿਨ੍ਹਾਂ ਵਿਅਕਤੀਆਂ ਦੀ ਇਸ ਕਾਰ ਦੇ ਵਿੱਚ ਮੌਤ ਹੋਈ ਉਹਨਾਂ ਦੀ ਲਾਸ਼ਾਂ ਨੂੰ ਕੜੀ ਮੁਸ਼ਕਤ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਬਾਹਰ ਕੱਢਿਆ ਗਿਆ। ਹਾਲਾਂਕਿ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ। ਪੁਲਿਸ ਦੇ ਵੱਲੋਂ ਵੀ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਭਿਆਨਕ ਹਾਦਸਾ ਵਾਪਰਿਆ ਕਿਵੇਂ ਆ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਕਾਰਾਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਹਾਲਾਂਕਿ ਦੋਵਾਂ ਕਾਰਾਂ ਦੇ ਅਗਲੇ ਹਿੱਸੇ ਬਿਲਕੁਲ ਨਜ਼ਰ ਹੀ ਨਹੀਂ ਆ ਰਹੇ। ਤਾਂ ਦੱਸ ਦਈਏ ਕਿ ਇੰਨੀ ਜ਼ਬਰਦਸਤ ਟੱਕਰ ਸੀ ਕਿ ਕਿਹਾ ਜਾ ਰਿਹਾ ਕਿ ਦੋਵਾਂ ਕਾਰਾਂ ਦੇ ਪਰਖੱਚੇ ਉੱਡ ਗਏ ਨੇ। ਹਾਲਾਂਕਿ ਦੋਵਾਂ ਕਾਰਾਂ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਆਖਰ ਇਹ ਗੱਡੀ ਕਿਹੜੀ ਕਿਹੜੀ ਸੀ। ਤਾਂ ਇੰਨੀ ਭਿਆਨਕ ਟੱਕਰ ਦੋਵਾਂ ਕਾਰਾਂ ਦੇ ਵਿਚਕਾਰ ਹੋਈ ਹੈ। अमरोहा जनपद में ये दुखद हादसा आज हुआ है, जिसमें एक क्रेटा और एक बाइक तेज गति से चलने के कारण एक्सीडेंट की सूचना भी प्रथम दृष्टया मिली है, जिसमें तीन लोगों की मृत्यु हुई है और दो की पहचान हुई है, एक की पहचान कराई जा रही है, एक इंजर्ड है उनका इलाज किया जा रहा है, बाकी दूसरे जो इंजर्ड हैं गंभीर रूप से उनका भी इलाज जारी है। सर बताया गया दो गाड़ियों की टक्कर हुई है, सर कोई गाड़ी थी और क्रेटा गाड़ी थी और एक बाइक थी। हाँ, बाइक और एक क्रेटा, एक अर्टिगा गाड़ी की सूचना मिल रही, लेकिन उसमें हल्का डेंट दिख रहा है, तो ये जानकारी अभी मिली, बाकी जानकारी अभी की जा रही है सामने से। और उसके बाद यहाँ से एक गाड़ी आर्टिगा आ रही थी, बाइक वाला ये नहीं पता कहाँ था कहाँ नहीं था। बहरहाल वो क्रेटा जब ठुकी है तो वो हवा में उड़ के खंबे में गिरी, उसके बाद ब्लास्ट हुआ है। मैं सामने था भाई। क्या कितने लोग थे उसमें गाड़ी में? भाई तीन या चार जने थे, तीन जने निकाल के डाले, ये नहीं पता टोटल कितने जने थे। बहरहाल तीन जने निकाल के डाले, बाइक पे दो जने। कैसी हालत में होंगे भाई? बहुत क्रिटिकल कंडीशन थी। ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਕਾਰਾਂ ਦੇ ਪਰਖੱਚੇ ਤੱਕ ਉੱਡ ਗਏ ਨੇ। ਤਾਂ ਦੱਸ ਦਈਏ ਕਿ ਬੇਹੱਦ ਮੰਦਭਾਗੀ ਖਬਰ ਯੂਪੀ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਹੁੰਦੀ ਹੈ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਤੇ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਇੱਕ ਬਾਈਕ ਸਵਾਰ ਵੀ ਇਸਦੀ ਚਪੇਟ ਦੇ ਵਿੱਚ ਆ ਗਿਆ, ਜਿਸ ਦੇ ਕਾਰਨ ਬਾਈਕ ਸਵਾਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਤਾਂ ਯੂਪੀ ਦੇ ਅਮਰੋਹਾ ਦੇ ਵਿੱਚ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ। ਹਾਲਾਂਕਿ ਕਿਹਾ ਜਾ ਰਿਹਾ ਜਦੋਂ ਇਹ ਹਾਦਸਾ ਵਾਪਰਿਆ ਤਾਂ ਕਾਰ ਦੇ ਪਰਖੱਚੇ ਉੱਡ ਗਏ ਅਤੇ ਜਿਨ੍ਹਾਂ ਵਿਅਕਤੀਆਂ ਦੀ ਇਸ ਕਾਰ ਦੇ ਵਿੱਚ ਮੌਤ ਹੋਈ ਉਹਨਾਂ ਦੀ ਲਾਸ਼ਾਂ ਨੂੰ ਕੜੀ ਮੁਸ਼ਕਤ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਬਾਹਰ ਕੱਢਿਆ ਗਿਆ। ਹਾਲਾਂਕਿ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ। ਪੁਲਿਸ ਦੇ ਵੱਲੋਂ ਵੀ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਭਿਆਨਕ ਹਾਦਸਾ ਵਾਪਰਿਆ ਕਿਵੇਂ ਆ। ਤਾਂ ਦੱਸ ਦਈਏ ਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਕਾਰਾਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਹਾਲਾਂਕਿ ਦੋਵਾਂ ਕਾਰਾਂ ਦੇ ਅਗਲੇ ਹਿੱਸੇ ਬਿਲਕੁਲ ਨਜ਼ਰ ਹੀ ਨਹੀਂ ਆ ਰਹੇ। ਤਾਂ ਦੱਸ ਦਈਏ ਕਿ ਇੰਨੀ ਜ਼ਬਰਦਸਤ ਟੱਕਰ ਸੀ ਕਿ ਕਿਹਾ ਜਾ ਰਿਹਾ ਕਿ ਦੋਵਾਂ ਕਾਰਾਂ ਦੇ ਪਰਖੱਚੇ ਉੱਡ ਗਏ ਨੇ। ਹਾਲਾਂਕਿ ਦੋਵਾਂ ਕਾਰਾਂ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਆਖਰ ਇਹ ਗੱਡੀ ਕਿਹੜੀ ਕਿਹੜੀ ਸੀ। ਤਾਂ ਇੰਨੀ ਭਿਆਨਕ ਟੱਕਰ ਦੋਵਾਂ ਕਾਰਾਂ ਦੇ ਵਿਚਕਾਰ ਹੋਈ ਹੈ। अमरोहा जनपद में ये दुखद हादसा आज हुआ है, जिसमें एक क्रेटा और एक बाइक तेज गति से चलने के कारण एक्सीडेंट की सूचना भी प्रथम दृष्टया मिली है, जिसमें तीन लोगों की मृत्यु हुई है और दो की पहचान हुई है, एक की पहचान कराई जा रही है, एक इंजर्ड है उनका इलाज किया जा रहा है, बाकी दूसरे जो इंजर्ड हैं गंभीर रूप से उनका भी इलाज जारी है। सर बताया गया दो गाड़ियों की टक्कर हुई है, सर कोई गाड़ी थी और क्रेटा गाड़ी थी और एक बाइक थी। हाँ, बाइक और एक क्रेटा, एक अर्टिगा गाड़ी की सूचना मिल रही, लेकिन उसमें हल्का डेंट दिख रहा है, तो ये जानकारी अभी मिली, बाकी जानकारी अभी की जा रही है सामने से।
और उसके बाद यहाँ से एक गाड़ी आर्टिगा आ रही थी, बाइक वाला ये नहीं पता कहाँ था कहाँ नहीं था। बहरहाल वो क्रेटा जब ठुकी है तो वो हवा में उड़ के खंबे में गिरी, उसके बाद ब्लास्ट हुआ है। मैं सामने था भाई। क्या कितने लोग थे उसमें गाड़ी में? भाई तीन या चार जने थे, तीन जने निकाल के डाले, ये नहीं पता टोटल कितने जने थे। बहरहाल तीन जने निकाल के डाले, बाइक पे दो जने। कैसी हालत में होंगे भाई? बहुत क्रिटिकल कंडीशन थी।